ਇਹ ਬਹੁਤ ਹੀ ਵਧੀਆ ਖਿਡੌਣਾ ਹੈ। ਤੁਹਾਨੂੰ ਕੁਝ ਮੋਟੀਆਂ ਅਤੇ ਪਤਲੀਆਂ ਤਾਰਾਂ ਚਾਹੀਦੀਆਂ ਹਨ। ਤੁਹਾਨੂੰ ਇਸ ਲਈ ਚਕੋਰ ਅਤੇ ਗੋਲ ਰੰਗਦਾਰ ਕਾਰਡ ਡਿਸਕਾਂ ਜਿਨ੍ਹਾਂ ਵਿਚਕਾਰ ਮੋਰੀ ਹੋਵੇ ਚਾਹੀਦੀਆਂ ਹਨ। ਡਿਸਕ ਦੇ ਵਿੱਚੋਂ ਤਾਰ ਕੱਢ ਕੇ ਟਾਈਟ ਕਰ ਲਵੋ, ਫਿਰ ਟਾਈਟ ਤਾਰ ਨੂੰ ਥੋੜ੍ਹਾ ਜਿਹਾ ਹਿਲਾਉਣ ਨਾਲ ਡਿਸਕ ਕੰਬਣ ਦੇ ਕਾਰਨ ਘੁੰਮਣ ਲੱਗ ਜਾਵੇਗੀ। ਫਿਰ ਇੱਕ ਮੋਟੀ ਤਾਰ ਸੱਤ ਰੰਗਾਂ ਵਾਲੀ ਗੋਲ ਡਿਸਕ ਵਿੱਚ ਲਗਾਓ, ਫਿਰ ਤੋਂ ਤਾਰ ਨੂੰ ਟਾਈਟ ਕਰਕੇ ਥੋੜ੍ਹਾ ਜਿਹਾ ਘੁਮਾਓ। ਇਹ ਕੰਬਣੀ ਨਿਊਟਨ ਡਿਸਕ ਨੂੰ ਘੁਮਾਵੇਗੀ। ਸਾਰੇ ਸੱਤ ਰੰਗ ਇੱਕ ਦੂਜੇ ਨਾਲ ਮਿਲ ਜਾਣਗੇ ਅਤੇ ਸਲੇਟੀ ਰੰਗ ਮਿਲੇਗਾ। ਅੰਤ ਵਿੱਚ ਤਾਰ ਉੱਪਰ ਕਈ ਚਕੋਰ ਡਿਸਕ ਪਾ ਦਿਓ। ਤਾਰ ਨੂੰ ਖਿੱਚੋ ਅਤੇ ਪਾ ਦਿਓ। ਸਾਰੀਆਂ ਡਿਸਕ ਘੁੰਮਣ ਅਤੇ ਨੱਚਣ ਲੱਗ ਜਾਣਗੀਆਂ ਅਤੇ ਬਹੁਤ ਹੀ ਪਿਆਰਾ ਲੱਗੇਗਾ।